ਮੈਂ ਸਭ ਤੋਂ ਪਹਿਲਾਂ ਸਾਰੀ ਬੇਟੂ ਬਰਾਦਰੀ ਦਾ ਬੜਾ ਮਸ਼ਹੂਰ ਕਿ ਅੱਜ ਸਿਰਫ ਅੱਜ ਹੀ ਖੁਸ਼ੀ ਮੁਹੰਮਦਕਿਆਂ ਤੋਂ ਸਵਾ ਪੂਰੇ ਲੋਕ ਅੱਜ ਸਾਰੇ ਜੰਬਰ ਦੀ ਬੇਟੂ ਬਰਾਦਰੀ ਇੱਥੇ ਬੈਠੀ ਚਲੋ ਇਹ ਵੀ ਮੇਰੇ ਕੋਲ ਗਲਤੀ ਇਸ ਵਾਸਤੇ ਹੋ ਗਈ ਸੁਣੋ ਸੁਣੋ ਬੋਲੋ ਠਹਿਰ ਵੀ ਜਾਓ ਮੈਂ ਇਹ ਗੱਲ ਕੱਲ ਕੀਤੀ ਸੀ ਸਤਾਰ ਨਾਲ ਟੈਲੀਫੋਨ ਤੇ ਕਿ ਬਈ ਸਾਰੇ ਬੇਟੂ ਇਕੱਠੇ ਨੇ ਹੁਣ ਵੇਖੋ ਨਾ ਆਪਣਾ ਇਧਰ ਮੁਹੰਮਦ ਰਫੀਕ ਬਾਬੇ ਜਲਾਲ ਦੀਨ ਦਾ ਪੁੱਤਰ ਇਹ 20 ਸਾਲਾਂ ਤੋਂ ਸਾਡੇ ਨਾਲ ਰੁੱਸਿਆ ਸੀ ਆਹ ਬੇਟੂ ਰਫੀਕ ਅੱਜ ਮੇਰਾ ਮਤਲਬ ਹੈ ਕਿ ਸਾਨੂੰ ਆਪਦਾ ਲੂਣ ਖਵਾਉਣ ਲੱਗਾ ਤੇ ਮੁੜ ਸਾਡਾ ਭਰਾ ਬਣ ਗਿਆ ਅੱਲਾ ਦੇ ਹੁਕਮਾਂ ਮਿਹਰਬਾਨੀ ਇਹ ਅੱਜ ਹੀ ਖੁਸ਼ੀ ਮੁਹੰਮਦ ਵੀ ਸਾਡਾ ਬੜਾ ਅੱਛਾ ਬਜ਼ੁਰਗ ਸੀ ਤੇ ਲੇਕਿਨ ਮੈਨੂੰ ਉਸਤਾਦ ਨੇ ਕੱਲ ਮਜੋਦੀ ਨੇ ਗੱਲ ਕਹੀ ਕਿ ਮੈਂ ਵੱਖਰਾ ਜਲਸਾ ਕਰਕੇ ਸ਼ਾਮਿਲ ਹੋਣਾ ਮੈਂ ਇੰਜ ਇਕੱਠ ਚ ਨਹੀਂ ਜਾਣਾ ਤੇ ਮੈਂ ਕਿਹਾ ਚਲੋ ਤੇਰੀ ਮਿਹਰਬਾਨੀ ਹੈ ਤੂੰ ਬਾਅਦ ਚ ਕਰ ਲਈ ਔਰ ਅਗਰ ਉਹਦੇ ਭਰਾ ਵੀ ਆਏ ਬੈਠੇ ਨੇ ਤੇ ਬੇਟੂਆਂ ਦਾ ਕੋਈ ਘਰ ਅੱਜ ਮੇਰਾ ਖਿਆਲ ਇਸ ਜਲਸੇ ਤੋਂ ਬਾਹਰ ਨਹੀਂ ਹੈ ਬੜੀ ਮਿਹਰਬਾਨੀ ਜੰਬਰ ਵਾਲਿਓ ਤੁਹਾਡੇ ਨਾਲ ਬੜਾ ਬਚਪਨ ਤੋਂ ਲੈ ਕੇ ਤਲਕ ਕੇ ਜੰਮੇ ਪੜੇ ਇੰਜਾਂ ਜਿਵੇਂ ਜੰਬਰ ਚੋਂ ਨੇ ਲੇਕਿਨ ਬੜੀਆਂ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ ਕਿ ਜੰਬਰ ਇੰਨੇ 142 ਦਾ ਫੂਲ ਨਗਰ ਤੋਂ ਬਾਅਦ ਦੂਜਾ ਵੱਡਾ ਸ਼ਹਿਰ ਲੇਕਿਨ ਮੇਰੀ ਮੁਖਾਲਫ ਪਾਰਟੀ ਨੇ ਕੀ ਕੀਤਾ ਅੱਜ ਤੱਕ ਜੰਬਰ ਚ ਜਦੋਂ ਮੈਂ 97 ਚ MLA ਸਾਂ ਤੇ 3 ਸ਼ਹਿਰਾਂ ਚ ਮੈਂ ਗੈਸ ਦਿੱਤੀ ਸੀ ਵਾਰਾ ਦਾ ਰਾਮ ਪੱਤੋ ਕੀ ਔਰ ਫੂਲ ਨਗਰ ਔਰ ਜੰਬਰ ਦਾ ਵੀ ਜਿਹੜਾ ਗੈਸ ਸਟੇਸ਼ਨ ਮੈਂ ਲਵਾਇਆ ਸੀ ਜੰਬਰ ਨੂੰ ਗੈਸ ਲੈਣ ਲਈ ਮੈਂ ਅਗਲੀ ਵਾਰੀ ਨਹੀਂ ਜਿੱਤ ਸਕਿਆ ਇਹ ਹੁਣ ਜਿਸ ਖਾਤੇ ਇਸ ਤੋਂ ਬਗੈਰ ਕੋਈ ਉਹਨਾਂ ਨੇ ਕਦੀ ਅਗਰ 1 ਰੁਪਇਆ ਵੀ ਜੰਬਰ ਚ ਲਾਇਆ ਤੇ ਦੱਸੋ ਔਰ ਜੰਬਰ ਦੇ ਵਿੱਚ ਤੁਹਾਡਾ ਹਸਪਤਾਲ ਅਗਰ ਬਣਾਇਆ ਸੀ ਤੇ ਅਸਾਂ ਹੀ ਬਣਾਇਆ ਸੀ ਤੇ ਖਰਾਬ ਹੈ ਉਹਨੂੰ ਹੁਣ ਅਸੀਂ ਠੀਕ ਕਰ ਰਹੇ ਔਰ ਜੰਬਰ ਦੇ ਵਿੱਚ ਕਿੰਨੀ ਭੈੜੀ ਬਿਲਡਿੰਗ ਦੇ ਵਿੱਚ ਬੱਚੀਆਂ ਦਾ ਮਿਡਲ ਸਕੂਲ ਸੀ ਔਰ ਬੱਚੀਆਂ ਦੇ ਮਿਡਲ ਸਕੂਲ ਨੂੰ ਨਵੀਂ ਬਿਲਡਿੰਗ ਬਣਾ ਕੇ ਮੈਂ ਹਾਈ ਸਕੂਲ ਬਣਾਇਆ ਔਰ ਇਨਸ਼ਾਅੱਲਾ ਅੱਜ 31 ਅਕਤੂਬਰ ਹੈ 20 ਨਵੰਬਰ ਤੱਕ ਜੰਬਰ ਦੇ ਵਿੱਚ ਬੱਚੀਆਂ ਦੇ ਕਾਲਜ ਦੀ ਬਿਲਡਿੰਗ ਸ਼ੁਰੂ ਕਰਾ ਕੇ 20 ਨਵੰਬਰ ਤੱਕ 20 ਦਿਨ ਨੇ ਔਰ 1 ਅਪ੍ਰੈਲ ਤੋਂ ਇਨਸ਼ਾਅੱਲਾ ਇੱਥੇ ਬੱਚੀਆਂ 11ਵੀਂ ਔਰ 12ਵੀਂ ਦੀਆਂ ਕਲਾਸਾਂ ਪੜ੍ਹ ਰਹੀਆਂ ਹਨ ਜੰਬਰ ਦੇ ਵਿੱਚ ਜਿਹੜੀ ਸੜਕ ਪਹਿਲੀ ਬਣੀ ਸੀ ਉਹ ਵੀ ਮੈਂ ਹੀ ਬਣਾਈ ਸੀ ਸਾਰੇ ਪਿੰਡ ਦੀਆਂ ਗਲੀਆਂ ਨਾਲੀਆਂ PCC ਕੀਤੀਆਂ ਨੇ ਮਿੱਠਾ ਪਾਣੀ ਸਾਰੇ ਪਿੰਡ ਨੂੰ ਮਿਲ ਰਿਹਾ ਕੁਛ ਕੰਮ ਰਹਿ ਵੀ ਗਏ ਹੋਣਗੇ ਜਿੰਨਾ ਪਿੰਡ ਰਹਿੰਦਾ ਸੀ ਉਹਦੇ ਚ ਗੈਸ ਵੀ ਪਵਾਈ ਔਰ ਜੰਬਰ ਦੇ ਚੜ੍ਹਦੇ ਪਾਸੇ ਕਿਸੇ 1 ਘਰ ਚ ਵੀ ਗੈਸ ਨਹੀਂ ਹੈਗੀ ਨਾ ਗੁਲਸ਼ਨ ਅਪ ਟਾਊਨ ਚ ਨਾ ਉਹ ਹਾਜੀ ਵਾਲੀ ਆਬਾਦੀ ਚ ਨਾ ਇਹ ਆਪਣਾ ਸਾਰੇ ਜਿੰਨੇ ਟਾਊਨ ਨੇ ਤੇ ਅੱਜ ਦਾ ਇਹ ਜਲਸਾ ਪਤਾ ਕਿਵੇਂ ਹੋਇਆ ਮੈਨੂੰ ਇੱਕ ਦਿਨ ਨਾ ਬੇਟੂਆਂ ਦੀ ਸਾਡੀ ਭੈਣ ਬੀਬੀ ਮਿਲ ਗਈ ਉਹਨੇ ਆਖਿਆ ਹਾਂ ਵੇ ਰਾਣਾ ਸਾਰੀ ਉਮਰ ਤੇ ਤੁਹਾਨੂੰ ਵੋਟਾਂ ਪੈ ਦਿੰਦੇ ਆ ਤੇ ਨਾ ਤੁਸੀਂ ਸਾਡੀ ਸੜਕ ਬਣਾਓ ਨਾ ਗੈਸ ਦਿਓ ਨਾ ਗਲੀ ਨਾਲੀ ਬਣਾਓ ਉਹਨੇ ਆਖਿਆ ਕਸਮ ਚਕਾ ਲਾ ਮੇਰਾ ਮਾਂ ਪਿਓ ਤੋਂ ਲੈ ਕੇ
ਅਸੀਂ ਸਾਰੀ ਉਮਰ ਵੋਟਾਂ ਹੀ ਤੁਹਾਨੂੰ ਦਿੱਤੀਆਂ ਨੇ ਤੇ ਸਾਨੂੰ ਕਿਉਂ ਪਿੱਛੇ ਛੱਡਦਾ। ਮੈਂ ਉਸ ਬੀਬੀ ਨਾਲ ਵਾਅਦਾ ਕੀਤਾ ਸੀ ਇੱਕ ਸਾਲ ਪਹਿਲਾਂ ਕਿ ਬੀਬੀ ਮੈਂ ਤੇਰਾ ਸਾਰੇ ਕੰਮ ਕਰਾਂਗਾ ਤੇ ਅੱਜ ਅਸੀਂ ਇਹ 4 ਕਿਲੋਮੀਟਰ ਸੜਕ ਜੰਬਰ ਤੋਂ ਲੈ ਕੇ ਤੇ ਰਫੀਆ ਬਾਬੇ ਜਲਾਲ ਦੀਨ ਦੀ ਚਲਾਰ ਤੱਕ ਤੋੜ ਛਾਂਗਾ ਮਾਂਗਾ ਰੋਡ ਤੇ ਚਲਾ ਰਹੇ। ਵੇਖੋ ਗੱਲ ਸੁਣੋ ਮੇਰੀ, ਸਾਰੇ ਬੇਟੂ ਵੀ ਬੈਠੇ ਨੇ, ਜੰਬਰ ਵੀ ਬੈਠਾ, 6 ਮਹੀਨਿਆਂ ਪੂਰਿਆਂ ਨੂੰ ਇਲੈਕਸ਼ਨ ਹੈ ਤੇ ਲੋਕੀ ਇਲੈਕਸ਼ਨ ਚ ਵੋਟ ਮੰਗਣ ਆਉਂਦੇ ਨੇ ਤੇ ਆ ਕੇ ਵਾਅਦਾ ਕਰਦੇ ਨੇ ਕਿ ਅਸੀਂ ਤੁਹਾਡੀ ਸੜਕ ਬਣਾ ਦਿਆਂਗੇ, ਅਸੀਂ ਤੁਹਾਨੂੰ ਗੈਸ ਦੇ ਦਿਆਂਗੇ ਤੇ ਮਗਰੋਂ ਮੁੜ ਜਿਹੜੀ ਕੋਈ ਪੁੱਜੀ ਦਿੰਦਾ ਵੀ ਹੋਣਾ ਤੇ ਨਹੀਂ ਤੇ ਨਾ ਸਹੀ। ਤੇ ਮੈਂ 6 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਆ ਕੇ ਵਾਅਦੇ ਪਿਆ ਕਰਨਾ ਕਿ 6 ਮਹੀਨਿਆਂ ਨੂੰ ਜਦੋਂ ਵੋਟ ਮੰਗਣ ਆਵਾਂ ਤੁਸੀਂ ਆਖਣਾ ਭਾਈ ਤੂੰ ਇਹ ਵਾਅਦਾ ਕਰ ਗਿਆ ਸੀ ਕਿੱਧਰ ਚੱਲੇ ਤੇ ਤਾੜੀਆਂ ਮਾਰਨ ਚ ਕੀ ਅਰਜੀ ਮੁਹੰਮਦ ਯਾਦ ਖਾਨ ਸਾਹਿਬ ਰਾਣਾ ਯਾਦ ਖਾਨ ਸਾਹਿਬ ਕੀ ਕਹਿ ਰਿਹਾ ਗੁਲਸ਼ਨ ਆਬਾਦੀ ਤੋਂ ਲੈ ਕੇ ਜੰਬਰਾਂ ਦੇ ਚੜ੍ਹਦੇ ਪਾਸੇ ਸਾਰੀਆਂ ਬੇਟੂਆਂ ਦੀਆਂ ਚੌਤਾਰੀਆਂ ਜਿੱਥੇ 5 ਘਰ ਨੇ, 5 ਘਰਾਂ ਤੋਂ ਘੱਟ ਮਨਜ਼ੂਰ ਔਖੀ ਹੁੰਦੀ ਏ ਉੱਥੇ ਹਰ ਜਗ੍ਹਾ ਤੇ ਗੈਸ ਦੇ ਮੈਂ ਉਸ ਆਪਣੀ ਬੀਬੀ ਭੈਣ ਨੂੰ ਪੈਗਾਮ ਦੇ ਰਿਹਾ ਕਿ ਮੈਂ ਤੇਰੇ ਕਹਿਣ ਤੇ ਬੇਟੂਆਂ ਦਾ ਸੜਕ ਬਣਾਈ ਏ, ਗੈਸ ਦੇ ਰਿਹਾ ਔਰ ਕਿਤੇ 1 ਘਰ ਵੀ ਏ ਜ਼ਿਲ੍ਹਾ ਕੌਂਸਲ ਉੱਥੇ ਸੋਲੰਗ ਔਰ ਨਾਲੀ ਪਰਾ ਸਿਕੰਦਰ ਨੇ 6 ਮਹੀਨੇ ਪਹਿਲਾਂ ਗਰਲਜ਼ ਹਾਈ ਸਕੂਲ ਜੰਬਰ ਨੂੰ ਚੈੱਕ ਕੀਤਾ ਸੀ, ਉੱਥੇ ਤਾਦਾਦ ਬਹੁਤ ਜ਼ਿਆਦਾ ਹੈ ਲੇਕਿਨ ਕਮਰੇ ਨਹੀਂ ਸਨ। ਮੈਂ ਆਪਣੀ ਗ੍ਰਾਂਟ ਚੋਂ 70 ਲੱਖ ਰੁਪਏ ਨਾਲ 6 ਕਮਰਿਆਂ ਦੀ ਨਵੀਂ ਬਿਲਡਿੰਗ ਦੀ ਵੀ ਮਨਜ਼ੂਰੀ ਦਿੱਤੀ ਹੋਈ ਔਰ 5 ਕਰੋੜ ਰੁਪਏ ਦੀ ਬਿਲਡਿੰਗ ਜਿਹੜੀ ਮੈਂ ਐਲਾਨ ਕਰ ਰਿਹਾ ਕਿ 20 ਨਵੰਬਰ ਤੋਂ ਪਹਿਲੇ ਸ਼ੁਰੂ ਕਰਾਂਗਾ। ਜ਼ਿੰਦਾਬਾਦ। ਬਾਕੀ ਸਾਰਾ ਜਿਹੜਾ ਜੰਬਰ ਹੈ, ਜੰਬਰ ਤੋਂ ਸੜਕ ਜਾਂਦੀ ਪਈ ਹੈ ਚਲਾਰ ਚੱਕੋ ਕੀ ਤੱਕ, ਅੱਜ ਕਿੰਨੀ ਤਰੀਕ ਹੈ, ਚੌਧਰੀ ਅਸ਼ਰਫ ਸਾਹਿਬ ਇੱਥੇ ਬੈਠੇ ਨੇ, ਉਹਨਾਂ ਨੇ ਮੈਨੂੰ ਪਿਛਲੇ ਵੋਟ ਵੀ ਦਿੱਤੇ ਸੀ ਲੇਕਿਨ ਜ਼ਿਮਨੀ ਇਲੈਕਸ਼ਨ ਚ ਫਿਰ ਥੋੜੀ ਜਿਹੀ ਖਰਾਬੀ ਹੋ ਗਈ ਸੀ ਲੇਕਿਨ ਉਹ ਮੇਰੇ